ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲਾਸ ਹਾਊਸ ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੇ ਸੋਹਣੇ ਸੋਹਣੇ ਕਮੈਂਟਾਂ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਆਓ ਫਿਰ ਆਪਾਂ ਸੋਹਣੇ ਸੋਹਣੇ ਮੂਡ ਦੇ ਨਾਲ ਸੋਹਣੇ ਸੋਹਣੇ ਸੂਟ ਦੇਖਦੇ ਹਾਂ। ਤੇ ਅੱਜ ਆਪਾਂ ਤੁਹਾਨੂੰ ਰਾਮਟੈਕਸ ਦੀ ਫੈਬਰਿਕ ਦਿਖਾਵਾਂਗੇ, ਕੈਮਰਿਕ ਕਾਟਨ ਦੇ ਸੂਟ ਦਿਖਾਉਣੇ ਰਾਮਟੈਕਸ ਦੇ ਤੁਹਾਨੂੰ। ਤੇ ਇਹ ਤੁਹਾਨੂੰ ਮਿਲੂਗਾ ਜੀ ਬਰੀਕ ਚੈੱਕ, ਨੇੜੇ ਫੋਕਸ ਕਰਕੇ ਦਿਖਾਉਂਦੇ ਹਾਂ, ਉਹਦੇ ਉੱਤੇ ਖਿਲਰਮਾ ਖਿਲਰਮਾ ਪ੍ਰਿੰਟ, ਠੀਕ ਹੈ। ਅਤੇ ਨਾਲ ਤੁਹਾਨੂੰ ਇਹ ਪੱਟੀ ਦੇ ਉੱਤੇ ਵਰਕ ਅਤੇ ਲੇਸ ਦੀ ਫਿਨਿਸ਼, ਠੀਕ ਹੈ। ਬਹੁਤ ਪਿਆਰੀ ਲੁੱਕ ਦਾ ਸੂਟ ਜਿਹੜਾ ਹੈ ਉਹ ਬਣਿਆ ਹੋਇਆ, ਠੀਕ ਹੈ। ਖਿੜਮਾ ਜਿਹਾ ਮਤਲਬ ਲੱਗਦਾ ਸੂਟ। ਅਤੇ ਨੀਚੇ ਤੁਹਾਨੂੰ ਮਿਲਣਾ ਹੈਗਾ ਘੇਰਾ, ਬਹੁਤ ਸਫਾਈ ਦੇ ਨਾਲ ਇਹਨੂੰ ਫਿਨਿਸ਼ ਕੀਤਾ ਹੋਇਆ, ਪਲੱਸ ਲੇਸਿਸ ਇਨਸਰਟ ਕੀਤੀਆਂ ਹੋਈਆਂ, ਜਿਹਦੇ ਨਾਲ ਤੁਹਾਡਾ ਅੱਜ ਕੱਲ੍ਹ ਜਿਵੇਂ ਲੇਸਿਸ ਦਾ ਫੈਸ਼ਨ ਹੈ ਤਾਂ ਬਹੁਤ ਗੁੱਡ ਲੁਕਿੰਗ ਸੂਟ ਹੈ। ਔਰ ਕਿਉਂਕਿ ਲੇਸਿਸ ਜਿਹੜੀਆਂ ਸੇਮ ਕਲਰ ਦੀਆਂ ਯੂਜ਼ ਹੋਈਆਂ ਜਿਹੜੀਆਂ ਇਹਦੇ 'ਚ, ਅਤੇ ਉਹਦੇ ਨਾਲ ਇੱਕ ਤਾਂ ਇਹ ਯੈਲੋ ਕਲਰ ਜਿਹੜਾ ਥੋੜ੍ਹਾ ਜਿਹਾ ਡੋਮੀਨੇਟਿੰਗ ਹੋ ਗਿਆ, ਅਤੇ ਇੱਕ ਇਹਦੇ 'ਚ ਭੜਕੀਲਾਪਣ ਨਹੀਂ ਆਇਆ, ਕਿਉਂਕਿ ਜਿਨ੍ਹਾਂ ਦਾ ਡਸਟੀ ਜਿਹੇ ਕਲਰ ਇਹ ਰਾਮਟੈਕਸ ਯੂਜ਼ ਕਰਦਾ, ਭੜਕੀਲੇਪਣ ਦਾ ਤਾਂ ਕੋਈ ਆਈਡੀਆ ਹੀ ਨਹੀਂ ਹੈਗਾ। ਅਤੇ 5 ਮੀਟਰ ਤੁਹਾਨੂੰ ਇਹ ਰਨਿੰਗ ਦੇ ਵਿੱਚ ਸੂਟ ਮਿਲਣਾ, ਠੀਕ ਹੈ। ਪ੍ਰਿੰਟ ਸਾਰੇ 'ਚ ਹੋਊਗਾ, 5 ਮੀਟਰ ਰਨਿੰਗ ਦੇ ਵਿੱਚ ਹੀ ਹੋਊਗਾ ਪੀਸ। ਅਤੇ ਨਾਲ ਤੁਹਾਨੂੰ ਇਹਦੇ 'ਚ ਮੈਂ ਜਿਹੜਾ ਘੇਰਾ ਹੈ ਉਹ ਤੁਹਾਨੂੰ ਮਿਲਣਾ ਹੈ 38, ਪਰ ਕਿਉਂਕਿ ਐਂਡ ਆ ਗਿਆ ਤੁਹਾਡਾ 28 ਤੱਕ ਘੇਰਾ ਰੈਡੀ ਹੋ ਜੂਗਾ, ਠੀਕ ਹੈ। ਅਤੇ ਇਹਦੀ ਜਿਹੜੀ ਲੈਂਥ ਹੈ ਆਪਣੀ ਹੈ 47.5 ਤੱਕ ਤੁਹਾਡੀ ਲੈਂਥ ਰੈਡੀ ਹੋ ਜੂਗੀ। ਉਸ ਤੋਂ ਬਾਅਦ ਤੁਸੀਂ ਜੇ ਕਰਨਾ ਚਾਹੋ ਤਾਂ, ਕਿਉਂਕਿ ਨੀਚੇ ਲੇਸਿਸ ਦਾ ਹੀ ਐਂਡ ਹੈ ਤਾਂ ਘੱਟ ਦਾ ਕੋਈ ਇਸ਼ੂ ਨਹੀਂ, ਜਿੱਥੋਂ ਮਰਜ਼ੀ ਤੁਸੀਂ ਗਲਾ ਕੱਟ ਲਓ, ਕੋਈ ਦਿੱਕਤ ਨਹੀਂ ਹੈਗੀ। ਅਤੇ ਬਾਕੀ ਜਿਹੜਾ ਹੈ ਫੈਬਰਿਕ ਬਹੁਤ ਪਿਆਰਾ, ਜਿਹਨਾਂ ਭੈਣਾਂ ਨੇ ਪਹਿਲਾਂ ਰਾਮਟੈਕਸ ਦੀ ਕੈਮਰਿਕ ਵੇਖੀ ਹੈ, ਮੰਗਾਈ ਹੈ, ਹਰ ਬਹੁਤ ਕੱਢ ਰਹੇ ਹਾਂ ਅਸੀਂ, ਤੁਹਾਨੂੰ ਪਤਾ ਹੀ ਵੀਡੀਓਜ਼ ਵਿੱਚ ਆ ਹੀ ਰਹੀ ਹੈ, ਬਹੁਤ ਪਿਆਰਾ ਐਨ ਮਖਮਲ ਵਰਗਾ ਫੈਬਰਿਕ ਹੁੰਦਾ। ਅਤੇ ਨਾਲ ਇਹਦੇ ਤੁਹਾਨੂੰ ਜਿਹੜਾ ਦੁਪੱਟਾ ਮਿਲਣਾ ਹੈ ਉਹ ਤੁਹਾਨੂੰ ਦੇਣਾ ਹੈ। ਇਹਨਾਂ ਨੂੰ ਭੈਣੋ ਕੈਮਰਿਕ ਨੂੰ ਵੈਸੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ, ਫੈਬਰਿਕ ਬਿਲਕੁਲ ਡਿਮਾਂਡ ਨਹੀਂ ਕਰਦਾ, ਪਰ ਮੈਨੂੰ ਕੋਈ ਖਾਸ ਸੀ ਥਰੂ ਵੀ ਨਹੀਂ ਲੱਗ ਰਿਹਾ ਇਹ। ਬਾਕੀ ਤੁਹਾਡੀ ਇੱਛਾ ਹੁੰਦੀ ਹੈ ਵੀ ਤੁਸੀਂ ਆਪਣੀ ਲਵਾਉਣੀ ਆ ਲਾਈਨਿੰਗ ਜਾਂ ਨਹੀਂ ਲਵਾਉਣੀ, ਉਹ ਤੁਹਾਡੀ ਆਪਣੀ ਇੱਛਾ ਹੈ, ਠੀਕ ਹੈ। ਨਾਲ ਤੁਹਾਨੂੰ ਇਹਦੇ ਪਿਓਰ ਦਾ ਦੁਪੱਟਾ ਮਿਲੂਗਾ ਜਿਹਦੇ ਉੱਤੇ ਪੱਟੀ ਲੱਗੀ ਹੋਊਗੀ, ਲਓ ਜੀ 2.5 ਮੀਟਰ ਹੋਊਗਾ, ਐਨ ਪੂਰਾ ਖੁੱਲ੍ਹਾ ਖੁੱਲ੍ਹਾ, ਠੀਕ ਹੈ। ਅਤੇ ਆਲਰੇਡੀ ਬਹੁਤ ਖੁੱਲ੍ਹਾ, ਅਤੇ ਜੇ ਤੁਸੀਂ ਇਹਨੂੰ ਹੋਰ ਖੋਲੋਂਗੀਆਂ ਤਾਂ ਇਹ ਤਾਂ ਬਸ ਤੁਹਾਨੂੰ ਪਤਾ ਹੀ ਹੈ ਕਿੰਨਾ ਖੁੱਲ੍ਹ ਜੂਗਾ, ਠੀਕ ਹੈ। ਸੇਮ ਪੱਟੀ ਲੱਗੀ ਹੋਈ ਹੈ ਹੋਈ ਡੋਟਸ ਚੈੱਕਸ ਵਾਲੀ, ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਕੋਲ ਪਹੁੰਚਣਾ ਹੈ। ਅਤੇ ਪ੍ਰਾਈਸ ਰੇਂਜ ਜਿਹੜੀ ਹੈ 2075 ਵਿੱਚ, ਦੁਪੱਟਾ ਵੀ ਪਿਓਰ ਦਾ, ਉਹ ਵੀ ਐਨ ਫਿਨਿਸ਼, ਤੁਹਾਨੂੰ ਆਪਣਾ ਜਿਹੜਾ ਰੈਡੀਨੈਸ ਹੈ ਉਹ ਵੀ ਸਾਰੀ ਬੁਟੀਕ ਸਟਾਈਲ ਦੇ ਵਿੱਚ, ਅਤੇ 2075 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ, ਠੀਕ ਹੈ ਜੀ। ਅਤੇ ਐਕਸਟਰਾ ਚਾਰਜਸ ਤੁਸੀਂ ਸਾਨੂੰ ਕੋਈ ਨਹੀਂ ਦੇਣਗੇ। ਅਤੇ ਨਾਲ ਨਾਲ ਮੈਂ ਤੁਹਾਨੂੰ ਉੱਥੇ ਵਿੱਚ ਹੀ ਚਲਦੀ ਚਲਦੀ ਵੀਡੀਓ 'ਚ ਦੱਸਦਾ ਵੀ ਵੀਡੀਓ ਦੇ ਐਂਡ ਵਿੱਚ ਸਾਡੀ ਸ਼ੋਪ ਦਾ ਐਡਰੈਸ ਹੁੰਦਾ ਹੈ, ਅਤੇ ਟਾਈਮਿੰਗਸ ਹੁੰਦੀਆਂ, ਟਾਈਮ ਸਾਡਾ ਵੈਸੇ ਤੁਹਾਨੂੰ ਪਤਾ ਹੀ ਹੈ ਭੈਣਾਂ ਨੂੰ, ਤੁਸੀਂ ਬਹੁਤ ਦੇਰ ਤੋਂ ਵੀਡੀਓ ਨਾਲ ਜੁੜੇ ਹੋਏ ਹੋ। ਲਓ ਜੀ ਅਗਲਾ ਕਲਰ ਦੇਖੋ, ਉਹ ਮਿੱਠਾ ਪੀਲਾ ਕਲਰ ਸੀ ਅਤੇ ਹੋਣਾ ਹੈ ਜੀ ਪਿੰਕ। ਬਹੁਤ ਪਿਆਰੀ ਜੀ ਲੁੱਕ ਦੇ ਸੂਟ ਨੇ, ਚੈੱਕ ਹੈ ਨਾ ਜਿਹੜਾ ਇਹਨੂੰ ਬਹੁਤ ਮਤਲਬ ਹੈਟਮੀ ਲੁੱਕ ਦਿੰਦਾ ਹੈ ਜਿਹੜਾ ਚੈੱਕ ਇਹਦੇ ਵਿੱਚ ਪ੍ਰਿੰਟ ਦੇ ਵਿੱਚ, ਬਹੁਤ ਪਿਆਰਾ ਸੂਟ ਰੈਡੀ ਹੋਣਾ ਹੈ। ਘੇਰਾ ਮੈਂ ਤੁਹਾਨੂੰ ਦੱਸਤਾ, ਠੀਕ ਹੈ। ਵਰਕ ਤੁਸੀਂ ਸਫਾਈ ਵਰਕ ਦੀ ਦੇਖ ਲਓ, ਫੋਕਸ ਕਰਕੇ ਤੁਹਾਨੂੰ ਦਿਖਾ ਰਹੇ ਹਾਂ, ਲੇਸਿਸ ਹਾਈ ਕੁਆਲਿਟੀ ਦੀਆਂ ਲੱਗੀਆਂ ਹੁੰਦੀਆਂ, ਠੀਕ ਹੈ। ਅਤੇ ਆਰਾਮ ਨਾਲ ਤੁਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਜਿਹੜੀ ਗਲੇ ਵਾਲੀ ਪੱਟੀ ਹੈ ਉਹਨੂੰ ਅੱਗੇ ਪਿੱਛੇ ਕਰਕੇ ਯੂਜ਼ ਕਰ ਸਕਦੇ ਹੋ। ਗਲੇ ਵਾਲੀ ਪੱਟੀ ਦੇ ਉੱਤੇ ਵੀ ਇਹ ਜਿਹੜੀਆਂ ਹੈ ਲੇਸਿਸ ਫਿਕਸ ਕੀਤੀਆਂ ਹੋਈਆਂ, ਠੀਕ ਹੈ। ਬਹੁਤ ਸਫਾਈ ਦੇ ਨਾਲ, ਹਾਂ, ਸਾਰਾ ਉੱਤੇ ਪੱਟੀ ਦੇ ਵਰਕ ਹੋਇਆ ਹੋਇਆ। ਉੱਦਾਂ ਮੈਨੂੰ ਪਤਾ ਨਹੀਂ ਵੀ ਤੁਹਾਨੂੰ ਵੀਡੀਓ 'ਚ ਕਿੱਦਾਂ ਦਾ ਦਿਖਦਾ ਹੈ, ਪਰ ਮੇਰੇ ਹੱਥ 'ਚ ਬਹੁਤ ਸੋਹਣਾ ਹੈ, ਠੀਕ ਹੈ। ਅਤੇ ਫੈਬਰਿਕ ਬਹੁਤ ਪਿਆਰਾ ਪਿਆਰਾ, ਅਤੇ ਨਾਲ ਇਹ ਖੂਬਸੂਰਤ ਦੁਪੱਟਾ 2.5 ਮੀਟਰ ਦਾ ਪਿਓਰ ਦਾ ਦੁਪੱਟਾ ਮਿਲੂਗਾ, ਅਤੇ ਸੋਬਰ ਜੀ ਪੱਟੀ ਲੱਗੀ ਹੋਈ ਹੈ। ਬਹੁਤ ਹੀ ਪਿਆਰੀ ਜੀ ਲੁੱਕ ਦਾ ਸੂਟ ਜਿਹੜਾ ਹੈ ਤੁਹਾਡਾ ਰੈਡੀ ਹੋ ਜਾਣਾ, ਵਿਦਆਊਟ ਐਨੀ ਐਕਸਟਰਾ ਚਾਰਜਸ। ਇਹ ਸੂਟ ਤੁਹਾਡੇ ਕੋਲ 2075 ਦੇ ਵਿੱਚ ਘਰ ਪਹੁੰਚ ਜਾਣਾ, ਠੀਕ ਹੈ। ਆਹ ਲੁੱਕ ਆਉਣੀ ਸੂਟ ਦੀ, ਵੈਰੀ ਗ੍ਰੇਸਫੁਲ, ਹਾਈਲੀ ਕੁਆਲੀਫਾਈਡ ਜਿਹਾ ਸੂਟ ਹੈ। ਲਓ ਜੀ, ਬਹੁਤ ਦਿਨਾਂ ਬਾਅਦ ਆਪਾਂ ਪੜ੍ਹੇ ਲਿਖੇ ਸੂਟ ਨੂੰ ਯਾਦ ਕੀਤਾ, ਠੀਕ ਹੈ। ਅਤੇ ਆ ਲਓ ਜੀ ਅਗਲਾ ਕਲਰ ਦੇਖੋ, ਕਲਰ ਇਹਦੇ 3 ਹੀ ਰਹਿ ਗਏ, ਆਫਲਾਈਨ ਨਿਕਲ ਗਿਆ। ਫੈਬਰਿਕ ਤਾਂ ਬਿਲਕੁਲ ਚਿੰਤਾ ਨਹੀਂ ਕਰਨੀ, ਬਹੁਤ ਪਿਆਰਾ ਫੈਬਰਿਕ ਆਉਣਾ ਤੁਹਾਡੇ ਕੋਲ, ਬਹੁਤ ਹੀ ਐਲੀਗੈਂਟ ਜਿਹਾ ਸੂਟ ਹੈ। ਬਿਲਕੁਲ ਨਿਸ਼ਚਿੰਤ ਹੋ ਕੇ ਤੁਸੀਂ ਇਹ ਚੀਜ਼ ਜਿਹੜੀ ਹੈ ਖਰੀਦ ਕਰ ਸਕਦੇ ਹੋ। ਸੀ ਗ੍ਰੀਨ ਪੱਟੀ ਲੱਗੀ ਹੋਈ ਹੈ, ਸੀ ਗ੍ਰੀਨ ਵਰਕ ਹੈ, ਫਲਾਰ ਪ੍ਰਿੰਟ ਵੀ ਸੀ ਗ੍ਰੀਨ ਹੈ,
फैब्रिक है कैमरिक कॉटन 47.5 तक थोड़ी लेंथ इस सच रेडी हो जानी है ते तुसी कट तो कर ही सकते हो तो कोई इशू नहीं वधाउण नूं भी अजकल तो साडियां भैणां वधा लैंदियां अजकल इत्थे लेस जिन्नी मर्जी ला लो तुसी है ना ते अगे तुहानूं मिलना है इहदे नाल इह दुपट्टा प्योर दा चलो दिखा दिंदी हाँ खोल के 5 मीटर रनिंग दे विच सूट होगा भैणो मैचिंग नहीं है पूरा ऑल ओवर ही सूट बनना है इह तुहाडा ते इहदे नाल लाइनिंग दी जरूरत नहीं बाकी थोड़ी अपनी चॉइस है आह थोनू मिलना है फुल प्योर का दुपट्टा 2.5 मीटर का विद पेस्टिंग प्राइस रेंज 2075 ठीक है इस सूट की 2075 रेंज तो कुछ भी नहीं तुसी मिनट ही मारियो बस जो थोड़े को सूट पहुंचेगा थोनू फिर पता लगेगा भी सूट कितना सोहना सीगा लो जी अगली कैटेगरी देखो रामटेक्स ब्रांड होगा पूरी वीडियो रामटेक्स की रहेगी ब्रांड सेम रहना है ठीक है फैब्रिक भी सेम रहेगा कैमरिक कॉटन होगा ठीक है ते वर्क मैं थोनू इहदा दिखा दिंदी हां पहला नीचे देखो लेसिस इनसर्ट करके ते उहदे उपर ऑर्गेंजा का पीस रख के वर्क होया वे ते वर्क की सफाई का तुसी अंदाजा ला ही नहीं सकते भी किन्नी है मजाल है कितने एक भी टांका ढिला होवे जां इधर उधर होवे बहुत प्यारा जिहा ते इहदा जिहड़ा घेरा है भैणों मैं मिणके रख्या अज पहला ही वह है 25.5 थोड़ा रेडी ही हो जाना है क्योंकि यह एंड टू एंड आसे पासे दोनों पासे स्पेस हैगी है ते नाल थोनू गले के उत्ते भी वर्क मिलना है डबल पट्टी मिलनी है वर्क की मतलब हैवी वर्क मिलना है थोनू गले ते लेस नाल फाइनल टच भी मिलनी है ते प्रिंट बहुत प्यारा है हलो ठीक है ते कलर तुसी देख ही लिया पिंक है गुलाबी है ठीक है ते आ थोनू मिलूगी इहदे नाल घुग्गियां वाली सलवार 3 मीटर फैब्रिक सलवार का होगा मैचिंग दे विच तुहानू 5.5 मीटर फैब्रिक मिल जाता है ठीक है ते लेंथ इहदी सीगी 49 सी शायद हाँ जी 49 तक इहदी लेंथ है ठीक है 49 तक लेंथ इस सच रेडी है तुसी इहदी लेंथ जिहड़ी है उह वधा घटा सकदे इह मैं तुहानू पट्टी तों दस्सी है ठीक है जी ते नाल तुहानू इहदा दुपट्टा इह तुहानू मिलना है प्योर दा दुपट्टा पाणी वर्गा ते नाल थोनू मिलनी है लेस उहदे ते कल्ली पट्टी सी इहदे ते थोनू पट्टी दे नाल लेस दा फाइनल टच भी मिलना है ते 2.5 मीटर होगा कलर थोड़े सामने है मिठा मिठा जिहा पिंक कलर ठीक है ते प्राइस रेंज 2275 उहदी 2075 सी इहदे डबल पट्टी होगी प्लस इहदे दुपट्टे दे उत्ते भी लेस होगी नाल एक्सट्रा है ना ते वर्क भी शायद ज़्यादा हैवी होना मे बी चलो एनीवेज इहदा जिहड़ा प्राइस रेंज है उह 2275 2275 ठीक है फैब्रिक बहुत प्यारा भैनों जिहड़े जिहड़ियां भैणां तां साडे नाल जुड़ियां होईयां पहलां दीआं उहनां नूं तां पता ही है वी असीं जो दसदे हां उही है वीडियो च पर जे तुसीं नवें देख रहे हो तां तुसीं 100% साडे ते यकीन कर सकदे हो अखां बंद करके ते आ लो जी इह तुहानूं मिलना है खूबसूरत रामटेक्स ब्रांड दा कैमरिक कॉटन दा सूट ठीक है एंड गुड फैब्रिक है कूला बिल्कुल ठीक है तो लाइनिंग की इनू जरूरत नहीं होंगी सी थ्रू भी आ देखो तो खास नहीं कोई इन्ना का तो हर एक कपड़ा ही होगा सी थ्रू भी नहीं है ठीक है तो 49 तक 49 तक लेंथ है 25.5 तक थोड़ा घेरा जोड़ा वो रेडी हो जाना यदा आपू मिलना है सलवार का 3 मीटर फैब्रिक ठीक तो नाल थोनू मिलेगा ये खूबसूरत दुपट्टा जिन्हू लेस लगा के फाइनल टच किया तो मेरे खोलन का जी नहीं किया ठीक है लो जी अगला कलर हाई अज फिर ये भी तीन ही कलर ने वैसे 4 कलर का चार्ट सी फैब्रिक बहुत ज़्यादा सोहना भैनों बहुत प्यारा फैब्रिक है आ थोनू मिलना है गले के उत्ते वर्क तो कलर थोनू पता ही है ना पंगे की जड़ कलर हैगा मोव ठीक है तो ये वर्क तुम देख ही लिया सफाई तो प्रिंट बहुत सोहना है बहुत प्यारा जहा प्रिंट है दसी दसी जी कलर लगे हुए हैं बिल्कुल भड़कीला नहीं बहुत ही गर्मियों के हिसाब से जोड़े वो बालिया जड़िया प्यार प्यारियां जी भैन होंगी ना सैनी सैनी जी सोहनी सोहनी कलर की होंगे उन्होंने पाए होंगे लो जी आ थोनू मिलना यदा दुपट्टा
बहुत प्यारे जी लुक दे सूट ने, सरदारी टच है सूटां दे विच, जिथे मर्जी तुसी इन्हां सूटां नूं पा के जाओ, इस तरह की कलर एंड वर्क है, जिथे तुसी इन्हां नूं मर्जी पहन के जा सकते हो, दुख दे सुख दे च वी ते खुशी वाले टाइम च वी तुसी इन्हां नूं पहन के जा सकते हो। प्योर दा दुपट्टा 2.5 मीटर ते 5.5 मीटर फैब्रिक हो गया, 2.5 शर्ट का, 3 सलवार का, ते प्राइस है 2275। अगली कैटेगरी दिखाने थोनू, इधर मैं थोनू पहला घेरा दस दिया कि 28.5 थोड़ा रेडी हो जाना है, 2.5 तक, क्योंकि अगे एंड आ गया, 2.5 तक थोड़ा घेरा घेरा है, ठीक है। तो लेंथ में यदि नहीं मिनी, क्योंकि लेंथ की यदि जरूरत है नहीं सी, 5 मीटर रनिंग सूट है ये, तो उपर गला नहीं बनया हुआ, फ्लावर्स बने हुए हैं, जिग जैग का प्रिंट है, अभी थोड़ा सारी तरह की वरायटी देती, चैक देता, जिग जैग देता, तो फ्लावर प्रिंट भी देता, जिग जैग प्रिंट है, तो दो फुल हैवी, एक चेस्ट एरिए कोल, एक घेरे जी के सेंटर चाहूगा, तो नाल थोनू नीचे घेरा दिखाने, बहुत ही प्यारा जहा घेरा बनया हुआ, ये भी ऑफलाइन बहुत पसंद किया, हाँ ये भी एक कलर है नहीं हूँ, तो ये उपर फैब्रिक लग्या हुआ है, देखो एवं दिखाई थोड़ी जिम्मे कट वर्क होंगे ना, उस तरह का पीस है ये, तो बहुत ही खूबसूरत जी लेस लेस लगा के, तो जो फुल बिखरमे बिखरमे बनाए है, तो यह वर्क है भैनों सारा, बहुत प्यारा लग रहा है सूट, तो चिकन के उपर पट्टी ला के चिकन की वो उत्ते वर्क है, तो हाई क्वालिटी चिकन है, ऐ नहीं है कि ढिल जाए, तो बिल्कुल कट वर्क वाले काम है, बस कट वर्क वाली पट्टी है, तो बहुत प्यारी लुक का सूट जो रेडी होना है, 5 मीटर रनिंग फैब्रिक मिलना है, कैमरिक कॉटन है, ठीक है, गर्मियों कैमरे कॉटन बहुत प्यारी फैब्रिक होंगी है पहनने लिए, तो दुपट्टा थोनू मैं दिखा दिनी है, पीच कलर होगा, पट्टी के नाल कॉटन लेस लगी हुई है, ठीक है, बिल्कुल सॉफ्ट पट्टी लगी हुई है, तो नाल लेस कॉटन की, बहुत प्यारा जहा सूट थोड़ा रेडी होना है, ऑफिस जाओ पा के, आन जान पाओ, घर पाओ, जिमें मर्जी तुम इन्ह खूबसूरत सूटा ठंडाओ धोवो पावो, कोई इशू नहीं होंगे इन्हों का, तो प्राइस रेंज है यदा सिर्फ 2075, ठीक है, 2075 दे विच बहुत गुड डील है, कोई लाइनिंग नहीं लगनी, कोई सीथ्रू नहीं, आराम नाल पाउणे हंडाउणे, ठीक है, ते आंढण गुआंढणां नूं भी दिखाउणे, ठीक है, फिर आए जरूर दसना भी आया कित्थों है भैण बण के, ठीक है, आ लो जी अगला सूट देखो, ठीक है, सी ग्रीन जिग जैक प्रिंट के उत्ते सी ग्रीन, अच्छा ये जिहड़े कलर ते प्रिंटिंग है ना, इस तरह की है भी किसी भी एज ग्रुप नूं सूट कर जाती है ना, थोड़ी वड्डी उम्र का भी बंदा इन्हां चीज़ां नाल अपनी शौक पूरी कर सकता है, ऐसा ही गल नहीं हैगी कि सिर्फ मतलब मेरे वर्गियां मटियारां लई नहीं है, सारिआं नूं इह सारिआं नूं सारे पा सकदे आ, मेरी मदर इन लॉ भी पा सकदे आ, लो जी इह तुहानूं खूबसूरत कलर कॉम्बीनेशन लगा के वेरी ग्रेसफुल जी वर्क देना थोड़ा सुनता है, ये दुपट्टा भी दिखा दें थोनू, वैसे मेरा जी नहीं कर रहा, बड़ा सोहना है, तय बड़ी सोहनी लगी हुई सी, लो जी आनू मिलना ये दुपट्टा, ठीक है, तो प्योर का दुपट्टा आऊगा नाल थोड़े को, कॉटन लेस के नाल, प्राइस रेंज 2075 2075 के सूट थोड़े घर पहुँच जाने, आप समाओ भावें गिफ्ट करो, ठीक है जी, अगला लो, अगला है जी पिंक, बस पिंक दो फुल मिले थोनू, एक चेस्ट एरिए कोल आऊगा, तो एक थोनू अपना नीचे कमर नीचे कमर जी को आऊगा, ठीक है, शायद बॉर्डर दे, ते आ लो जी आ थोनू बॉर्डर, खूबसूरत सफाई दे नाल काम होया गया, आइडिया बहुत सोहना है भी, नाले थोनू कट वर्क मिल गया, नाले थोनू दे उत्ते वर्क दिता हुआ अलग तो बूटी बना के, बूटियां छोटिया छोटिया सोहनिया बहुत लग रही, तो नाल थोनू मिलना ये दुपट्टा, ठीक है जी, जिन्हों लेस प्लस पट्टी सेम कलर की पट्टी भी लगी हुई है, तो लेस भी लगी हुई है, बहुत खूबसूरत सूट थोड़े तक पहुँचना है, हाँ डस्टी डस्टी जी कलर है, जिहड़ी मर्जी उम्र का बंदा इन्हों पावे, कोई लाइनिंग नहीं, कोई सीथ्रू नहीं, आराम नाल सिंपल जी स्टिचिंग दे के तुसीं स्टिच कराउणे पाउणे, तो बस दैट्स इट, सो ऐसी साडी अज्ज दी कलैक्शन, उम्मीद करते हैं भी तुहानूं साडी कलैक्शन पसंद आई होगी, स्क्रीन पर नंबर है उससे स्क्रीनशॉट लेके भेजना है, उस तो बाद गूगल पे करना है, फोनपे पेटीएम किसी भी मैथड के नाल तुसीं पेमेंट भेजनी है, तो एड्रैस भेजना है, बस फिर इंतजार करना है, 2-3 दिन सूट पंजाब दे विच हर जगह पर साडा पहुँच जाता है, ठीक है जी, लाइक शेयर तो कमेंट
ਉਹ ਜ਼ਰੂਰ ਕਰਦੇ ਰਹਿਣਾ ਹੈ, ਉਹਦੇ ਨਾਲ ਤੁਹਾਡਾ ਅਤੇ ਸਾਡਾ ਰਾਬਤਾ ਬਣਿਆ ਰਹਿੰਦਾ ਹੈ। ਠੀਕ ਹੈ, ਅਤੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਜੇ ਸ਼ੋਪ 'ਤੇ ਆਉਣਾ ਹੈ ਜ਼ਰੂਰ ਆਓ ਜੀ, ਸਾਨੂੰ ਬਹੁਤ ਅੱਛਾ ਲੱਗੂਗਾ। ਪਰ ਸੰਡੇ ਸਾਡਾ ਔਫ ਹੁੰਦਾ ਹੈ, 10 ਤੋਂ 5 ਸਾਡਾ ਟਾਈਮ ਹੈ, ਫੋਨ ਜ਼ਰੂਰ ਕਰਨਾ ਆਉਣ ਤੋਂ ਪਹਿਲਾਂ, ਉਹ ਨਹੀਂ ਭੁੱਲਣਾ। ਠੀਕ ਹੈ ਜੀ, ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਨਵੀਂ ਕਿਸੇ ਵੀਡੀਓ 'ਚ ਮਿਲਦੇ ਹਾਂ ਕਿਸੇ ਨਵੀਂ ਵਰਾਈਟੀ ਨਾਲ।